तुसी 5,500 साल पुराना श्री कृष्ण जी का महल वेख रहे हो। हाँ, तुसी बिल्कुल ठीक पहचाणिया, असी पवित्र शहर मथुरा दे विच। स्थानक लोगों तो मिली जानकारी के मुताबिक तुहानू उह जगह भी दिखावांगे जिथे सवा मन सोने का झूला लमकदा रहा, जिथे कृष्ण जी की माँ ने मधाणी रिड़की आ, उह भी तुहानू निशानियां भी दिखावांगे। जिथे कृष्ण जी आ के गऊआं नू चार के आराम करदे सी, वो जगह भी दिखावांगे। जिथे गाइयां वांदे सीगे, वह जगह भी दिखावांगे। ते नाल दी नाल लैंदे आ इतिहास की जानकारी। हरभेत सिद्ध दे नाल बने रहो ते वीडियो नू शेयर करो। दर्शकों, 5,500 साल पुराने श्री कृष्ण जी के घर के लैके आ गया मैं थोनू। तुसीं आ वेख सकदे हो कि 5,500 साल पुराना दरख्त भी लग्या होया वा। इहनू पारस पिपल कहिंदे आ ते इहदे फुल भी खिड़े हो। देखो, इहदे वक्खरे किस्म के फुल लगे आ। पारस पिपल नसल है इहदी। ਤੁਹਾਨੂੰ ਮੈਂ ਦੱਸਦਿਆਂ ਵੀ ਬਹੁਤ ਫਲ ਲੱਗੇ, ਬਾਂਦਰ ਵਗੈਰਾ ਖਾ ਜਾਂਦੇ ਅਤੇ ਬਹੁਤ ਸੁੱਕਿਆ ਹੋਇਆ ਰੁੱਖ ਆ। ਅਤੇ ਤੁਹਾਨੂੰ ਮੈਂ ਉੱਥੋਂ ਦੇ 84 ਖੰਭੇ ਉਦੋਂ ਦੇ ਬਣੇ ਹੋਏ ਦਿਖਾਉਣੇ ਆ। ਮਤਲਬ ਜਿਹੜਾ ਮਤਲਬ ਸ਼੍ਰੀ ਕ੍ਰਿਸ਼ਨ ਜੀ ਦੇ ਮਤਲਬ ਦੇ ਨੰਦ ਬਾਬਾ ਕੋਲ ਆ ਗਿਆ ਸੀਗਾ ਕੰਸ, ਆਪਣਾ ਉੱਥੋਂ ਮਥੁਰਾ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਜਿਹੜੀ ਆਹ ਗਲੀ ਆ, ਇੱਧਰ ਰਸਤਾ ਹੁਣ ਪੱਕਾ ਹੋ ਗਿਆ, ਇਹਨੂੰ ਚੋਰ ਗਲੀ ਕਹਿੰਦੇ ਸੀਗੇ। ਮਤਲਬ ਕਿ ਚੋਰੀ ਚੋਰੀ ਇੱਥੇ ਲਿਆਂਦਾ ਗਿਆ ਸੀਗਾ। ਸ਼੍ਰੀ ਕ੍ਰਿਸ਼ਨ ਜੀ ਦੇ ਵਾਸੂਦੇਵ ਪਿਤਾ ਉਹਨਾਂ ਨੂੰ ਇੱਥੋਂ ਲੈ ਕੇ ਆਏ ਸੀ, ਅਤੇ ਉਸ ਤੋਂ ਬਾਅਦ ਉਹ ਆਪਦੇ ਭਰਾ ਕੋਲੇ, ਚਾਚੇ ਕੋਲੇ ਸ਼੍ਰੀ ਕ੍ਰਿਸ਼ਨ ਜੀ ਆ ਗਏ ਸੀਗੇ। ਆਹ ਪਾਰਸ ਪਿੱਪਲ ਲੱਗਿਆ ਹੋਇਆ ਵਾ, ਦੇਖ ਸਕਦੇ ਇੱਧਰ ਗੁੱਪੀ ਭਰਿਆ ਜੀ ਮਾੜਾ ਜਿਹਾ। ਮਤਲਬ ਵਾਸੂਦੇਵ ਜੀ ਇੱਥੇ ਛੱਡ ਗਏ ਸੀਗੇ, ਉਸ ਤੋਂ ਬਾਅਦ ਫਿਰ ਉਹਦੇ ਚਾਚਾ ਨੰਦ ਬਾਬਾ ਜੀ ਨੂੰ ਕਹਿੰਦੇ ਆ, ਉਹਨਾਂ ਨੇ ਇੱਥੇ ਪਾਲਿਆ ਪੋਸਿਆ ਸੀਗਾ। ਅਤੇ ਗਾਵਾਂ ਚਰਾਉਣ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਇਸ ਰੁੱਖ ਥੱਲੇ ਬੈਠਦੇ ਹੁੰਦੇ ਸੀਗੇ। 9,00,000 ਗਾਵਾਂ ਹੁੰਦੀਆਂ ਸੀ ਇਸ ਏਰੀਏ ਦੇ ਵਿੱਚ। ਇਸ ਵਕਤ ਅਸੀਂ ਗੋਕਲ ਦੇ ਵਿੱਚ ਹਾਂ। 5,500 ਸਾਲ ਪੁਰਾਣਾ ਤੁਹਾਨੂੰ ਖੰਭਾ ਵੀ ਦਿਖਾਵਾਂਗੇ, ਘਰ ਵੀ ਦਿਖਾਵਾਂਗੇ। ਇਹ ਤਕਰੀਬਨ ਕਹਿ ਸਕਦੇ ਹਾਂ ਕਿ 3 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਰਕਬਾ ਹੁੰਦਾ ਸੀ। ਗੁੱਪੀ ਵੀਰਾ ਨਾਲ ਦੀ ਨਾਲ ਘੁੰਮਦਾ ਦਿਖਾਉਂਦਾ ਜਾਈ ਵੀ ਕਿਸ ਹਿਸਾਬ ਦੀ ਬਣੀ ਹੋਈ ਮਤਲਬ ਆਹ ਰਚਨਾ ਵਾ। ਪਿੱਪਲ, ਪਾਰਸ ਪਿੱਪਲ ਕਹਿੰਦੇ, ਮੈਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਇਹ, ਕਿਉਂਕਿ ਪਿੱਪਲ ਨੂੰ ਫੁੱਲ ਲੱਗਣੇ ਇਹ ਇੱਕ ਵੱਖਰੀ ਕਿਸਮ ਦੀ ਗੱਲ ਆ ਮੇਰੇ ਲਈ, ਸ਼ਾਇਦ ਤੁਹਾਡੇ ਲਈ ਵੀ ਹੋਵੇ। ਆਹ ਦਿਖਾ ਦਿਓ, ਆਹ ਦੇਖੋ ਇੱਕ ਫੁੱਲ ਇੱਧਰ ਵੀ ਲੱਗਿਆ ਹੋਇਆ ਵਾ। ਆਹ ਦੇਖੋ ਦਿਸ ਰਿਹਾ ਜੀ, ਸਹੀ ਆ ਰਿਹਾ। ਅਤੇ ਇਹ ਚੀਜ਼ ਤੁਹਾਨੂੰ ਦਿਖਾਵਾਂਗੇ, ਆਜੋ ਅੰਦਰਲੇ ਪਾਸੇ ਚੱਲਦੇ ਹਾਂ। ਇਹ 5,500 ਸਾਲ ਪੁਰਾਣਾ ਦੁਆਪਰ ਯੁੱਗ ਦੀ ਗੱਲ ਦੱਸਦੇ ਆ, ਜਿਹੜੀ ਆਪਾਂ ਨੂੰ ਪਤਾ ਲੱਗੀ ਆ। ਅਤੇ ਉਹ ਦਿਖਾਉਣ ਦੇ ਲਈ ਸਾਨੂੰ ਮਥੁਰਾ ਤੋਂ 15 ਕਿਲੋਮੀਟਰ ਗੋਕਲ ਪੈਂਦੀ ਆ, ਪੁਰਾਣੀ ਗੋਕਲ। ਇੱਕ ਨਵੀਂ ਗੋਕਲ 550 ਸਾਲ ਪਹਿਲਾਂ ਹੀ ਵਸੀ ਆ, ਉਹ ਮਤਲਬ ਕਹਿੰਦੇ ਵੀ ਸਹੀ ਨਹੀਂ, ਪਰ ਆ ਪੁਰਾਣੀ ਗੋਕਲ ਸਹੀ ਆ ਬਿਲਕੁਲ। ਉਹ ਸਾਨੂੰ ਇੱਥੇ ਦਿਖਾਉਣ ਲੈ ਕੇ ਆਇਆ ਹੋਇਆ ਮੈਂ, ਮਥੁਰਾ ਤੋਂ 15 ਕਿਲੋਮੀਟਰ ਦੂਰ। ਦਰਸ਼ਕੋ, ਅੰਦਰਲੇ ਪਾਸੇ ਨਾ 84 ਖੰਭੇ ਬਣੇ ਹੋਏ ਆ। ਕਿਹਾ ਜਾਂਦਾ ਵੀ ਕਦੇ ਇਹ ਗਿਣੇ ਨਹੀਂ ਗਏ, ਮਤਲਬ ਕਦੇ ਗਿਣਦੇ ਆ ਘੱਟ ਹੋ ਜਾਂਦੇ, ਕਦੇ ਵੱਧ ਹੋ ਜਾਂਦੇ ਆ। ਇਹ ਨੰਦ ਬਾਬਾ ਸੀ ਜੋ ਸ਼੍ਰੀ ਕ੍ਰਿਸ਼ਨ ਜੀ ਦਾ ਚਾਚਾ ਜੀ, ਉਹਨਾਂ ਦੇ ਵੇਲੇ ਦਾ ਹੀ, ਉਹਨਾਂ ਦੇ ਮਹਿਲ ਦਾ ਇੱਕ ਹਿੱਸਾ ਵਾ। ਉਹ ਜੋ ਤੁਹਾਨੂੰ ਅੰਦਰਲੇ ਪਾਸੇ ਦਿਖਾ ਦਿਓ, ਕਿਉਂਕਿ ਉਹਦੇ ਅੰਦਰ ਕੈਮਰਾ ਮਾਰਿਓ। ਆਹ ਦੇਖੋ ਅੰਦਰਲੇ ਪਾਸੇ ਆਹ 84 ਖੰਭੇ ਦੇਖ ਸਕਦੇ। ਕਿਹਾ ਜਾਂਦਾ ਵੀ ਔਰੰਗਜ਼ੇਬ ਦੇ ਸਮੇਂ ਇਹ ਤੋੜ ਵੀ ਦਿੱਤੇ ਗਏ ਸੀਗੇ, ਅਤੇ ਕੁਝ ਟੁੱਟੇ ਹੋਏ ਆ, ਕੁਝ ਸਾਬਤੇ ਵੀ ਹੈਗੇ ਨੇ। ਅਤੇ ਆਹ ਜਿਹੜਾ ਗੋਲ ਸੁਰਾਖ ਆ ਦਿਖਾ ਦਿਓ, ਕਿਉਂਕਿ ਵੀਰੇ ਆਹ ਤਾਂ ਛੱਤ ਪਿੱਲਰ ਦੇ ਵਿੱਚ। ਇਹ 'ਚ ਕੀ ਸੀਗਾ ਕਿ ਜਿਹੜੀ ਯਸ਼ੋਦਾ ਮਾਤਾ ਸੀ ਸ਼੍ਰੀ ਕ੍ਰਿਸ਼ਨ ਜੀ ਦੀ, ਉਹ ਇੱਥੇ ਦੁੱਧ ਰਿੜਕੀ ਦਿੰਦੀ ਸੀ। ਜਿਹੜਾ ਉਤਲਾ ਕਿੱਲਾ ਕਿੱਲ ਜਿਹਾ ਹੁੰਦਾ ਸੀ, ਉਹਦੇ ਵਿੱਚ ਫਸ ਜਾਂਦਾ ਸੀ, ਥੱਲੇ ਦੁੱਧ ਰਿੜਕੀ ਜਾਂਦੇ ਹੁੰਦੇ ਸੀਗੇ। ਮਤਲਬ ਉਹਨਾਂ ਵੇਲਿਆਂ ਦੇ ਇਹਦੇ ਪਰਲੇ ਪਾਸੇ ਸ਼੍ਰੀ ਕ੍ਰਿਸ਼ਨ ਜੀ ਦਾ ਝੂਲਾ ਹੁੰਦਾ ਸੀ, ਜਿਹੜਾ ਕਿ ਸਵਾ ਮਣ ਸੋਨੇ ਦਾ ਬਣਿਆ ਹੁੰਦਾ ਸੀਗਾ, ਉੱਥੇ ਟੰਗਿਆ ਹੁੰਦਾ ਸੀ ਅੰਦਰਲੇ ਪਾਸੇ। ਅਤੇ ਇੱਧਰਲੇ ਪਾਸੇ ਪਿੱਲਰ ਦੇਖ ਸਕਦੇ, ਪਿੱਲਰਾਂ 'ਤੇ ਨਿਕਾਸ਼ੀ ਸਾਨੂੰ ਅਲੱਗ ਅਲੱਗ ਤਰ੍ਹਾਂ ਦੀ ਵਿਖਾਈ ਦੇਊਗੀ। ਆਹ ਦੇਖੋ, ਇਹ ਸਾਰਾ ਕੁਛ ਅੰਦਰ ਜਾ ਕੇ ਵੀ ਆਪਾਂ ਵੇਖਾਂਗੇ। ਛੱਤ ਦਿਖਾ ਦਿਓ ਵੀ ਕਿਸ ਕਿਸਮ ਦੀ ਬਣੀ ਹੋਈ ਆ, ਕਮਾਲ ਦੀ ਛੱਤ। ਇੱਧਰਲੇ ਪਾਸੇ ਗੋਪੀ ਵੀਰੇ ਆਹ ਪਿੱਲਰਾਂ ਦੇ ਦਿਖਾ ਦਿਓ, ਜੰਜੀਰਾਂ ਜੀਆਂ ਬਣੀਆਂ ਹੋਈਆਂ ਸਾਨੂੰ ਨਜ਼ਰ ਆ ਜਾਣਗੀਆਂ। ਮਤਲਬ ਬਹੁਤ ਕਮਾਲ ਵਿਊ ਸਾਨੂੰ ਨਜ਼ਰ ਆਜੂ। ਆਹ ਗੋਪੀ ਵੀਰੇ ਇੱਧਰ ਦਿਖਾ ਦਿਓ, ਆਹ ਸਾਰੇ ਪਿੱਲਰ ਪੁਰਾਣੇ ਹੀ ਆ, ਜਿਹਦੇ ਵਿੱਚ ਨਵੀਨੀਕਰਨ ਸਮੇਂ ਸਮੇਂ 'ਤੇ ਬਾਹਰ ਹੋ ਗਿਆ ਵਾ। ਦੂਜੀ ਗੱਲ ਤੁਹਾਨੂੰ ਇਹ ਦੱਸਦਿਆਂ ਮੈਂ ਖਾਸ ਵੀ ਇਹ ਸਾਰਾ ਜੰਗਲੀ ਜੰਗਲ ਆ, ਜਿੱਥੇ ਬਹੁਤ ਸਾਰੀਆਂ ਗਾਵਾਂ ਰੱਖੀਆਂ ਗਈਆਂ ਨੇ, ਅਤੇ ਮਤਲਬ ਅਜੇ ਵੀ ਗਊਸ਼ਾਲਾ ਉਵੇਂ ਵੀ ਚੱਲਦੀਆਂ ਨੇ। 9,00,000 ਗਾਵਾਂ ਹੁੰਦੀਆਂ ਸੀ ਸ਼੍ਰੀ ਕ੍ਰਿਸ਼ਨ ਜੀ ਦੀਆਂ। ਦੇਸੀ ਇੱਥੇ ਘਰ ਘਰ ਦੇ ਵਿੱਚ ਦੇਸੀ ਗਾਵਾਂ ਰੱਖੀਆਂ ਹੋਈਆਂ ਨੇ, ਅਤੇ ਇਸ ਨੂੰ ਉਹ ਵੀ ਆਪਣਾ ਜੰਗਲ ਦੇ, ਕਿਉਂਕਿ ਸਾਰਾ ਇਸ ਤਰੀਕੇ ਨਾਲ ਇੱਕ ਟਿੱਲੇ ਜਿਹੇ 'ਤੇ ਬਣਿਆ ਹੋਇਆ ਸ਼ਹਿਰ ਆ, ਕਹਿੰਦੇ ਪਿੰਡ ਆ ਇਹ, ਪੁਰਾਣੀ ਗੋਕਲ ਕਹਿੰਦੇ। ਗੁੱਪੀ ਵੀਰੇ ਉਹ ਵੀ ਦਿਖਾ ਦਿਓ ਮਾੜਾ ਜਿਹਾ, ਬਾਹਰਲੇ ਪਾਸੇ ਕੁਝ ਪਿੱਲਰ ਹੈਗੇ ਨਜ਼ਰ ਆ ਜਾਣਗੇ ਤੁਹਾਨੂੰ, ਇੱਧਰ ਵੀ ਹੈਗੇ ਆ, ਅਤੇ ਬਾਕੀ ਆਪਾਂ ਅੰਦਰ ਜਾ ਕੇ ਵੀ ਦੇਖਾਂਗੇ, ਅੰਦਰ ਜਾ ਕੇ ਵੀ ਦੇਖਾਂਗੇ। ਸੋ ਇਹ ਸੀਗਾ ਤਾਂ ਸਵਾ ਮਣ ਦਾ ਝੂਲਾ ਝੂਲਦਾ ਸੀ ਸ਼੍ਰੀ ਕ੍ਰਿਸ਼ਨ ਜੀ ਦਾ। ਨੇੜੇ ਕਰਕੇ ਕਰਤੀਆਂ ਦਿਖਾ ਦਿਓ, ਕਿੰਨਾ ਸੋਹਣਾ ਬਣਿਆ ਹੋਇਆ ਵਾ, ਪਿੱਲਰ ਤੁਹਾਨੂੰ ਨਜ਼ਰ ਆ ਜਾਣਗੇ। ਬੱਚਾ ਕੁੰਡਾ ਟੰਗਿਆ ਹੁੰਦਾ ਸੀਗਾ, ਅਤੇ ਇੱਧਰਲੇ ਪਾਸੇ ਆ ਖੰਭੇ ਆ ਜਾਣਗੇ ਤੁਹਾਨੂੰ ਇੱਧਰ ਨਾਲ ਜੋ ਨਾਲ ਦੀ ਨਾਲ। ਅੱਜ ਗੁੱਪੀ ਵੀਰੇ ਇੱਥੇ ਸੀਗਾ, ਮਤਲਬ ਰੱਸੀਆਂ ਬੰਨੀਆਂ ਹੁੰਦੀਆਂ ਝੂ, ਜਦੋਂ ਆਪਣਾ ਮਧਾਣੀ ਚੱਲਦੀ ਹੁੰਦੀ ਸੀਗੀ, ਇੱਧਰ ਵੀ ਰੱਸੀਆਂ ਹੁੰਦੀਆਂ ਸੀ, ਇੱਧਰ ਬੰਨੀਆਂ ਹੁੰਦੀਆਂ ਹੋਈਆਂ ਸੀਗੀਆਂ, ਅਤੇ ਟੱਲੀਆਂ ਹੁੰਦੀਆਂ ਸੀ ਉਹਦੇ ਨਾਲ। ਆਜੋ ਕੁਝ ਖੰਭੇ ਦਿਖਾ ਦਿਆਂ ਤੁਹਾਨੂੰ ਮੈਂ, ਆਹ ਪੁਰਾਣੀ ਖੰਭੇ ਆ, ਬਹੁਤ ਡਿਜ਼ਾਇਨ ਆ। ਆਹ ਕਹਿੰਦੇ ਵੀ ਔਰੰਗਜ਼ੇਬ ਜਿਹੜੇ ਹਮਲਿਆਂ ਵੇਲੇ ਕੱਟ ਕੱਟ ਕੇ ਦੇਖਿਆ ਗਿਆ ਸੀ, ਕਿਤੇ ਇਹਦੇ ਵਿੱਚ ਖਜ਼ਾਨਾ ਨਾ ਹੋਵੇ। ਆਹ ਦਿਖਾ ਦਿਓ ਗੁੱਪੀ ਵੀਰੇ, ਕੱਟੇ ਹੋਏ ਆ ਆਹ ਦੇ,
ਕੱਟਿਆ ਹੋਇਆ ਤੁਹਾਨੂੰ ਨਜ਼ਰ ਆ ਜਾਊਗਾ। ਕਾਫੀ ਪਿੱਲਰ ਨੇ ਇਹਦੇ ਵਿੱਚ ਬਣੇ ਹੋਏ ਨਜ਼ਰ ਆ ਜਾਣਗੇ ਤੁਹਾਨੂੰ, ਬਹੁਤ ਖੂਬਸੂਰਤ ਬਣਿਆ ਹੋਇਆ ਵਾ, ਮਤਲਬ ਪੁਰਾਣਾ ਹੀ। ਆਹ ਦਿਖਾ ਦੀ ਇਹਦੇ ਵਿੱਚ ਨਕਾਸ਼ੀ ਦਿਖਾ ਦੀ, ਆਹ ਦੇਖੀ ਬਲਰਾਮ ਜੀ ਦਾ ਜੀ, ਇਹ ਬਲਰਾਮ ਆਹ ਦੇਖ ਤੁਹਾਨੂੰ ਮੈਂ ਦੱਸ ਦਿਆਂ ਵੀ ਬਲਰਾਮ ਜੀ ਦਾ ਇੱਥੇ ਝੂਲਾ ਹੁੰਦਾ ਸੀਗਾ। ਆਹ ਵੀ ਦੇਖੋ ਕਿੰਨੀ ਸੋਹਣੀ ਕਰਤੀ ਦੇ ਵਿੱਚ ਬਣੇ ਹੋਏ, ਆਹ ਦੇ ਅੱਡ ਅੱਡ ਅਲੱਗ ਅਲੱਗ ਗਣੇਸ਼ ਅੱਡ ਅੱਡ ਖੰਭੇ ਤੁਹਾਨੂੰ ਬਣੇ ਹੋਏ ਦੱਸ ਜਾਣਗੇ ਇੱਥੇ। ਮਤਲਬ ਇਹ ਪੁਰਾਣਾ ਹੀ ਆ ਸਾਰੀ ਇਮਾਰਤ, ਇਹ ਜਿੰਨੀ ਵੀ ਬਣੀ ਆ ਕੱਟੇ ਗਏ ਕੁਛ ਪਿੱਲਰ, ਇਹ 84 ਖੰਭੇ ਆ ਜਿੰਨੀ ਵਾਰੀ ਵੀ ਗਿਣਿਆ ਗਿਆ ਵਾ, ਮਤਲਬ ਕੋਈ ਕਿਸੇ ਤੋਂ ਗਿਣਤੀ ਵੱਧ ਹੋ ਜਾਂਦੀ ਆ, ਕਦੇ ਘੱਟ ਹੋ ਜਾਂਦੀ। ਇੱਧਰ ਆ ਜਾ ਗੋਪੀ ਵੀਰੇ ਦਿਖਾ ਦਈਏ, ਆਹ ਦੇਖੀ ਆਹ ਦੇ ਕਿਸ ਹਿਸਾਬ ਦੇ ਡਿਜ਼ਾਇਨ ਪਾਏ ਹੋਏ ਆ। ਮਤਲਬ ਇਹਨਾਂ ਦੀ ਮਾਨਤਾ ਇਹ ਵੀ ਆ ਕਿ ਸ਼੍ਰੀ ਕ੍ਰਿਸ਼ਨ ਜੀ ਘਿਓ ਖਾ ਕੇ ਮੱਖਣੀ ਖਾ ਕੇ ਇੱਥੇ ਹੱਥ ਮਲਦੇ ਸੀ ਤਾਂ ਕਾਲਾ ਵਾ, ਪਰ ਮੈਨੂੰ ਇਹਦੇ ਵਿੱਚ ਇਹ ਵੀ ਲੱਗਦਾ ਕਿ ਲੋਕਾਂ ਦੇ ਜ਼ਿਆਦਾ ਆਉਣ ਨਾਲ ਵੀ ਘਸ ਘਸ ਗਏ ਹੋਏ, ਇੱਦਾਂ ਹੋ ਗਿਆ ਹੋਊਗਾ। ਜਿੱਧਰ ਭਾਗ ਆ ਕਹਿੰਦੇ ਵੀ ਜਿਹੜੇ ਚਾਰ ਖੰਭੇ ਆ ਹਿੰਦੂ ਮਰਿਆਦਾ ਅਨੁਸਾਰ, ਕਹਿੰਦੇ ਵੀ ਇਹ ਬ੍ਰਹਮਾ ਜੀ ਲੈ ਕੇ ਆਏ ਸੀਗੇ। ਆ ਚਾਰ ਖੰਭੇ ਜਿਨ੍ਹਾਂ 'ਤੇ ਪੀਲੇ ਪੀਲੇ ਤੁਹਾਨੂੰ ਦੱਸ ਜਾਣਗੇ, ਅਤੇ ਕੁਝ ਖੰਭੇ ਇੱਧਰਲੇ ਪਾਸੇ ਆ ਫੋਟੋ ਤੁਹਾਨੂੰ ਨਜ਼ਰ ਆ ਜਾਣਗੇ। ਅਤੇ ਇਦੋਂ ਬਿਨਾਂ ਛਟੀ ਪੂਜਨ ਹੁੰਦਾ ਵਾ ਕੋਈ, ਸ਼ਾਇਦ ਹਿੰਦੂਇਜ਼ਮ ਦੇ ਵਿੱਚ ਉਹ ਛਟੀ ਪੂਜਨ ਦਾ ਕੰਮ ਇੱਥੇ ਕੀਤਾ ਗਿਆ ਸੀ, ਮਤਲਬ ਇਹ ਉਹ ਸਥਾਨ ਆ ਜਿਹਦੇ ਛਟੀ ਪੂਜਨ ਕੀਤਾ ਗਿਆ ਸੀਗਾ। ਦਰਸ਼ਕ ਤੁਹਾਨੂੰ ਮੈਂ ਦੱਸਦਾ, ਇੱਥੇ ਆਉਣਾ ਹੋਵੇ ਦੇਖ ਸਕਦੇ ਹੋ, ਪਰ ਨਾ ਇੱਥੇ ਤੁਹਾਨੂੰ ਜ਼ਿਆਦਾ ਇਸ ਗੱਲੋਂ ਕੰਪੈਲ ਕੀਤਾ ਜਾਂਦਾ ਵੀ ਦਾਨ ਕਰੋ ਦਾਨ ਕਰੋ, ਮਤਲਬ ਧੱਕੇ ਨਾਲ ਫੜ ਕੇ ਉਹਦੇ ਪੰਡਤ ਆ ਗਿਆ ਕਦੇ ਉਹ ਦਾ ਗਿਆ, ਇਹ ਮੈਨੂੰ ਗੱਲ ਚੰਗੀ ਨਹੀਂ ਲੱਗੀ, ਹੈ ਨਾ। ਇਹ ਇੱਥੇ ਵਧੀਆ ਨਹੀਂ ਗੱਲ ਲੱਗੀ, ਹੈ ਨਾ, ਜਿਹਨੇ ਕਰਨਾ ਹੁੰਦਾ ਆਪੇ ਕਰ ਸਕਦਾ। ਅਤੇ ਆਹ ਪੁਰਾਣਾ 5.5 ਸਾਲ ਪੁਰਾਣਾ ਰੁੱਖ ਦੱਸਿਆ ਜਾਂਦਾ, ਇਹਨੂੰ 4 ਤਰ੍ਹਾਂ ਦੇ ਫੁੱਲ ਲੱਗਦੇ ਆ। ਹੁਣ ਆਪਾਂ ਅੰਦਰੋਂ ਬਾਹਰ ਆ ਚੁੱਕੇ ਹਾਂ, ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਦਰਸ਼ਕੋ, ਸ਼੍ਰੀ ਕ੍ਰਿਸ਼ਨ ਜੀ ਦਾ ਜੋ ਮਤਲਬ ਕਹਿ ਸਕਦੇ ਹਾਂ ਕਿ ਬਚਪਨ ਸੀਗਾ ਉਹ ਇਸੇ ਗੋਕਲ ਦੇ ਵਿੱਚ ਹੀ ਬੀਤਿਆ ਸੀਗਾ। ਤੁਹਾਨੂੰ ਮੈਂ ਵੱਡੀ ਗੱਲ ਦੱਸਦੇ ਹਾਂ ਵੀ ਨੰਦ ਬਾਬਾ ਅਤੇ ਉਹਨਾਂ ਦੀ ਪਤਨੀ ਯਸ਼ੋਦਾ, ਉਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀਗਾ ਇਸੇ ਧਰਤੀ ਦੇ ਉੱਤੇ। ਇੱਥੇ ਉਹਨਾਂ ਦਾ ਗਊ ਪਾਲਕਾਂ ਦੇ ਨਾਲ ਚੰਗੇ ਸੰਬੰਧ ਸੀ, ਬਲਰਾਮ ਦੇ ਨਾਲ ਬੜਾ ਚੰਗਾ ਪਿਆਰ ਸੀਗਾ, ਮਤਲਬ ਉਹਦੇ ਭਰਾ ਦੇ ਚਚੇਰੇ ਭਰਾ ਦੇ ਨਾਲ। ਇਸ ਤੋਂ ਬਿਨਾਂ ਤੁਹਾਨੂੰ ਮੈਂ ਹੋਰ ਗੱਲ ਦੱਸਦੇ ਹਾਂ ਵੀ ਮਥੁਰਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਸਿਰਫ 2 ਵਾਰੀ ਗਏ ਆ, ਇੱਕ ਵਾਰੀ ਜਨਮ ਹੋਇਆ ਜਦੋਂ ਉਦੋਂ, ਅਤੇ ਉਦੋਂ ਬਾਅਦ ਜਮੁਨਾ ਪਾਰ ਕਰਾ ਕੇ ਉਹਨਾਂ ਦੇ ਪਿਤਾ ਵਾਸੂਦੇਵ ਉਹਨਾਂ ਨੂੰ ਇੱਥੇ ਛੱਡ ਕੇ ਗਏ ਸੀ, ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਮਾਤਾ ਦਾ ਨਾਂ ਦੇਵਕੀ ਸੀ। ਅਤੇ ਨੰਦ ਬਾਬਾ ਇੱਥੋਂ ਕਹਿ ਸਕਦੇ ਹਾਂ ਕਿ ਇੱਥੋਂ ਦੇ ਗੋਕੁਲ ਦੇ ਰਾਜਾ ਸੀ, ਅਤੇ ਜਿਹੜਾ ਕੰਸ ਸੀਗਾ, ਕੰਸ ਦਾ ਪਿਓ ਸੀ ਜਿਹੜਾ ਉਗਰਸੈਨ, ਉਹ ਮਥੁਰਾ ਦਾ ਰਾਜਾ ਸੀਗਾ, ਮਤਲਬ ਰਾਜਿਆਂ ਦੇ ਪਰਿਵਾਰ ਸੀ, ਤਕੜੇ ਪਰਿਵਾਰ ਸੀਗੇ। ਅਤੇ ਇੱਥੇ ਹੀ ਉਹ ਮਤਲਬ ਉਦੋਂ ਬਾਅਦ ਵਿੱਚ ਰਹਿੰਦੇ ਰਹੇ ਆ, ਅਤੇ ਗਾਵਾਂ ਇੱਥੇ ਹੀ ਚਾਰਦੇ ਰਹੇ ਆ, ਹਜੇ ਵੀ ਜ਼ਿਆਦਾਤਰ ਇੱਥੇ ਗਾਵਾਂ ਚਰਾਉਣ ਦਾ ਮਤਲਬ ਕੰਮ ਕੀਤਾ ਜਾਂਦਾ ਵਾ। ਤੁਹਾਨੂੰ ਮੈਂ ਦੱਸਦਾ ਵੀ ਇੱਥੇ ਗਊਸ਼ਾਲਾ ਕਾਫੀ ਬਣੀਆਂ ਵਾ, ਇੱਥੇ ਧੱਕੇ ਨਾਲ ਥੋੜ੍ਹਾ ਜਿਹਾ ਦਾਨ ਕਢਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਉਹ ਥੋੜ੍ਹਾ ਜਿਹਾ ਤੁਸੀਂ ਸਾਵਧਾਨ ਹੋ ਕੇ ਇਸ ਗੱਲ ਤੋਂ ਆਇਓ। ਅਤੇ ਦੂਜੀ ਗੱਲ ਤੁਹਾਨੂੰ ਇਹ ਦੱਸਦੇ ਹਾਂ ਵੀ ਸ਼੍ਰੀ ਕ੍ਰਿਸ਼ਨ ਜੀ ਦਾ ਦੱਸਿਆ ਜਾਂਦਾ ਵੀ ਸਰੀਰਕ ਤੌਰ 'ਤੇ ਵੀ ਬਹੁਤ ਤਕੜੇ ਸੀਗੇ, ਜ਼ਿਆਦਾਤਰ ਬਚਪਨ ਉਹਨਾਂ ਦਾ ਇੱਥੇ ਬੀਤਿਆ। ਇਸ ਤੋਂ ਬਾਅਦ ਉਹ ਦੁਆਰਕਾ ਚਲੇ ਗਏ ਸੀ, ਦੁਆਰਕਾ ਪੈਂਦਾ ਵਾ ਗੁਜਰਾਤ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਆਪਣਾ ਬਾਕੀ ਦਾ ਜੀਵਨ ਬਤੀਤ ਕੀਤਾ ਸੀਗਾ। ਅਤੇ ਇਦੋਂ ਨੇੜੇ ਹੀ ਪੈਂਦਾ ਵਾ ਬਰਸਾਨਾ ਸੀਗੀ ਰਾਧਾ, ਰਾਧਨਾਲਾ ਰਾਣੀ ਦਾ ਪਿੰਡ ਦੱਸਿਆ ਜਾਂਦਾ, ਉਹ ਵੀ ਇੱਥੇ ਨੇੜੇ ਪੈ ਜਾਂਦਾ ਵਾ, ਤਕਰੀਬਨ 30-40 ਕਿਲੋਮੀਟਰ ਹੋਊਗਾ। ਮਤਲਬ ਇਹ ਸਾਰਾ ਮਤਲਬ ਇੱਥੇ 3-4 ਚੀਜ਼ਾਂ ਮਸ਼ਹੂਰ ਨੇ, ਮਥੁਰਾ, ਗੋਕੁਲ, ਬ੍ਰਿੰਦਾਵਨ ਅਤੇ ਗੋਵਰਧਨ ਪਰਬਤ ਅਤੇ ਬਰਸਾਨਾ, ਇਹ ਸਾਰੇ ਨੂੰ ਏਰੀਏ ਨੂੰ ਬ੍ਰਿਜ ਕਿਹਾ ਜਾਂਦਾ ਵਾ। ਅਤੇ ਆਗਰਾ ਵੀ ਇੱਥੋਂ 40-45 ਕਿਲੋਮੀਟਰ ਦੀ ਦੂਰੀ 'ਤੇ ਰਹਿ ਜਾਂਦਾ ਵਾ। ਤੁਹਾਨੂੰ ਮੈਂ ਦੱਸਦੇ ਹਾਂ ਵੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਾਰਨ ਦੇ ਲਈ ਕੰਸ ਨੇ ਕਈ ਮਤਲਬ ਚਾਲਾਂ ਖੇਡੀਆਂ ਸੀਗੀਆਂ, ਪਰ ਸਾਰੀਆਂ ਹੀ ਫੇਲ ਹੋ ਗਈਆਂ ਸੀ। ਇੱਕ ਵਾਰ ਸ਼੍ਰੀ ਕ੍ਰਿਸ਼ਨ ਜੀ ਨੂੰ ਕੰਸ ਨੇ ਆਪਦੇ ਦਰਬਾਰ 'ਚ ਵੀ ਬੁਲਾ ਲਏ ਸੀ, ਉੱਥੇ ਫਿਰ ਬਲਰਾਮ ਅਤੇ ਸ਼੍ਰੀ ਕ੍ਰਿਸ਼ਨ ਜੀ ਇਕੱਠੇ ਉੱਥੇ ਚਲੇ ਗਏ ਸੀਗੇ, ਅਤੇ ਉੱਥੇ ਫਿਰ ਕੰਸ ਨੂੰ ਮਾਰ ਦਿੱਤਾ ਸੀਗਾ। ਮਤਲਬ ਇਹ ਸਾਰਾ ਏਰੀਆ ਹੀ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬੰਧਿਤ ਆ। ਦਰਸ਼ਕੋ, ਤੁਹਾਨੂੰ ਮੈਂ ਦੱਸਦਾ ਗੋਕੁਲ ਦਾ ਅਰਥ ਕੀ ਆ। ਗੋ ਦਾ ਮਤਲਬ ਹੁੰਦਾ ਗਾਂ ਅਤੇ ਕੁਲ ਦਾ ਅਰਥ ਹੁੰਦਾ ਸਮੂਹ, ਮਤਲਬ ਗਾਵਾਂ ਦਾ ਸਮੂਹ। ਇੱਥੇ 9 ਲੱਖ ਗਾਵਾਂ ਹੁੰਦੀਆਂ ਸੀ ਇਸ ਏਰੀਏ ਦੇ ਵਿੱਚ। ਸ਼੍ਰੀ ਕ੍ਰਿਸ਼ਨ ਜੀ ਮਥੁਰਾ 'ਚ ਸਿਰਫ 2 ਵਾਰ ਗਏ ਆ, ਜਿਨ੍ਹਾਂ ਦੇ ਵਿੱਚ ਗੋ ਕਹਿ ਸਕਦੇ ਜਦੋਂ ਜਨਮ ਹੋਇਆ ਉਹ, ਤਾਂ ਦੂਜੀ ਵਾਰ ਕੰਸ ਨੂੰ ਮਾਰਨ ਲਈ ਗਏ ਸੀ ਆਪਣੇ ਭਰਾ ਦੇ ਨਾਲ। ਤਾਂ ਇਹ ਮਤਲਬ ਬਹੁਤ ਸਾਰਾ ਏਰੀਆ ਵਾ ਜਿਹੜਾ ਤੁਸੀਂ ਇਸ ਵਕਤ ਦੇਖ ਸਕਦੇ ਹੋ। ਅਤੇ ਇੱਥੇ ਸਾਡੇ ਨਾਲ ਕੌਣ ਕੌਣ ਆਇਆ ਬਾਈ? ਸੋਨੀ ਬਾਲਪੁਰ ਤੋਂ ਆਇਆ ਵਾ, ਅਤੇ ਗੋਪੀ ਇਸ ਵਕਤ ਕੈਮਰੇ 'ਤੇ। ਆਪਾਂ ਇੱਧਰ ਮਥੁਰਾ ਏਰੀਏ ਰਾਹ ਗੁਜਰਾ ਆਪਣਾ ਆਗਰੇ ਦਾ ਏਰੀਆ ਇੱਧਰ ਘੁੰਮਣ ਆਏ ਹੋਏ ਹਾਂ। ਹੋਰ ਵੀ ਅਪਡੇਟਸ ਨੂੰ ਹੋਰ ਨਵੀਆਂ ਵੀਡੀਓ ਦੇਵਾਂਗੇ। ਮਿਹਰਬਾਨੀ, ਧੰਨਵਾਦ।